ਖਬਰ ਲੈਣੀਆਂ ਅਜਨਾਲੇ ਤੋਂ ਨਗਰ ਪੰਚਾਇਤ ਅਜਨਾਲਾ ਤੇ ਨਗਰ ਕੌਂਸਲ ਰਾਮਦਾਸ ਦੀਆਂ ਚੋਣਾਂ ਦਾ ਅਕਾਲੀ ਦਲ ਨੇ ਕੀਤਾ ਐਲਾਨ ਲਖਵੀਰ ਸਿੰਘ ਲੋਧੀ ਨੰਗਲ ਨੇ ਅਜਨਾਲਾ ਵਿਖੇ ਪਹੁੰਚ ਕੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਨਗਰ ਪੰਚਾਇਤਾਂ ਤੇ ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਦੇ ਸੰਬੰਧ ਵਿੱਚ ਅੱਜ ਅਜਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਜ਼ਿਲ੍ਹਾ ਦਿਹਾਤੀ ਦੇ ਆਬਜ਼ਰਵਰ ਲਖਵੀਰ ਸਿੰਘ ਲੋਧੀ ਨੰਗਲ ਵੱਲੋਂ ਨਗਰ ਪੰਚਾਇਤ ਅਜਨਾਲਾ ਤੇ ਨਗਰ ਕੌਂਸਲ ਰਾਮਦਾਸਤਿਆਂ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਇਸ ਮੌਕੇ ਤੇ ਲਖਵੀਰ ਸਿੰਘ ਲੋਧੀ ਨੰਗਲ ਵੱਲੋਂ ਅਜਨਾਲਾ ਦੇ 15 ਵਾੜਾ ਅਤੇ ਰਾਮਦਾਸਤਿਆਂ 11 ਵਾੜਾ ਲਈ ਸਾਰੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਔਰ ਉਹਨਾਂ ਨੂੰ ਸਰੂਪੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਸਬੰਧ ਵਿੱਚ ਕੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ ਐਨ ਧੰਨਵਾਦ ਕਰਦੇ ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਦੀ ਦਲ ਜੀ ਦਾ ਸਾਡੇ ਸਤਿਕਾਰਯੋਗ অবজারভার ਸਾਲ ਕੁਬੀਰ ਸਿੰਘ ਦੋਦੀ ਦੰਗਲ ਸਾਹਿਬ ਜਿਹੜੇ ਐਮਐਲਏ ਨੇ ਬਟਾਲੇ ਤੋਂ ਕਿ ਜਿਨ੍ਹਾਂ ਨੇ ਅੱਜ ਫੇਰ ਦੁਬਾਰਾ ਇਹ ਨਾਲੇ ਨਗਰ ਪੰਚਾਇਤ ਤੇ ਰਮਦਾਸ ਨਗਰ ਕਾਉਂਸਲ ਦੀਆਂ ਜਿਹੜੀਆਂ 26 ਦੀਆਂ 26 ਟਿਕਟਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਫੇਰ ਦੁਬਾਰਾ ਤੋਂ ਸਾਨੂੰ ਨਵਾਦੀਆਂ ਨੇ ਤੇ ਉਹਦੇ 'ਚ ਅਸੀਂ ਵਿਸ਼ਵਾਸ ਦਵਾਉਂਦੇ ਆ ਆਪਣੇ অবজারভার ਸਾਹਿਬ ਨੂੰ ਵੀ ਪ੍ਰਧਾਨ ਜੀ ਨੂੰ ਸਾਥ ਵੀਰ ਸਿੰਘ ਨੂੰ ਵੀ ਕਿ ਮਹਾਰਾਜ ਕਿਰਪਾ ਕਰੇ ਡਵੈਲਪਮੈਂਟ ਦੇ ਨਾਂ ਤੇ ਅਸੀਂ ਇਹ ਇਲੈਕਸ਼ਨ ਲੜਨੀ ਆ ਇਹ ਸਰਕਾਰ ਇਹ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਗੁੰਡਾਗਰਦੀ ਜੋ ਇਹਨਾਂ ਨੇ ਲੁੱਟਖੋਇ ਇੱਥੇ ਪਾਈ ਆ ਉਹਨੂੰ ਨਸ਼ਰ ਕਰਕੇ ਡਵੈਲਪਮੈਂਟ ਦੇ ਨਾਂ ਤੇ ਅਸੀਂ ਵੋਟ ਲੈ ਕੇ ਇਹ ਫਿਰ ਦੁਬਾਰਾ ਇਹ ਦੋਵੇਂ ਕਮੇਟੀਆਂ ਪ੍ਰਧਾਨ ਜੀ ਦੇ ਝੋਲੀ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਜੇ ਕਿ ਪੰਜਾਬ ਵਿੱਚ ਨਗਰ ਪੰਚਾਇਤਾਂ ਮਿਸਪਲ ਕਮੇਟੀਆਂ ਤੇ ਕਾਪੋਰੇਸ਼ਨਾਂ ਦੀਆਂ ਜਿਹੜੀਆਂ ਲੋਕਲ ਬੋਰਡ ਗਵਰਨਮੈਂਟ ਦੀਆਂ ਚੋਣਾਂ ਨੇ ਉਹ ਪੰਜਾਬ ਗਵਰਨਮੈਂਟ ਨੇ ਅਨਾਉਂਸ ਕੀਤੀਆਂ ਨੇ ਜਿਨ੍ਹਾਂ ਦੀ ਨਾਮਿਨੇਸ਼ਨ 30 ਤੋਂ ਸ਼ੁਰੂ ਹੋਣੀ ਆ। ਔਰ ਉਹਨਾਂ ਨੇ ਜੋ ਐਸੋ ਲਈ ਹਾਲਾਤ ਨੇ ਜਿਵੇਂ ਅੰਦੋਲਨ ਚੱਲ ਰਿਹਾ ਉਸ ਗੱਲ ਦਾ ਫਾਇਦਾ ਠਾਉਣ ਵਾਸਤੇ ਇਹ ਇਲੈਕਸ਼ਨਾਂ ਦਾ ਮਾਹੌਲ ਨਹੀਂ ਸੀ ਪਰ ਉਹਨਾਂ ਨੇ ਇਸ ਗੱਲ ਦਾ ਫਾਇਦਾ ਠਾਉਣ ਲਈ ਇਲੈਕਸ਼ਨ ਅਨਾਉਂਸ ਕੀਤੀਆਂ ਕਿ ਅਸੀਂ ਫੇਰ ਦਾਅ ਮਾਰੀ ਦੇ ਨਾਲ ਇਨਾ ਨਗਰ ਕੌਂਸਲਾਂ ਤੇ ਕਮੇਟੀਆਂ ਦੇ ਉੱਤੇ ਤੇ ਕਾਰਪੋਰੇਸ਼ਨਾਂ ਦੇ ਉੱਤੇ ਕਾਂਗਰਸ ਦਾ ਕਬਜ਼ਾ ਕਰਾਂਗੇ ਪਰ ਕਿਉਂਕਿ ਕਾਲੀ ਦਲ ਦੇ ਜਿਹੜਾ ਰੂ ਸਿਪਾਈ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਇਹਨਾਂ ਹਾਲਾਤਾਂ ਵਿੱਚ ਵਰਕਰਾਂ ਨੂੰ ਹਦਾਇਤ ਕੀਤੀ ਹੈ ਕਿ ਅਸੀਂ ਬੜੇ ਜ਼ੋਰ ਦੇ ਨਾਲ ਇਹ ਸਾਰੀਆਂ ਮਿਊਸਪਲ ਕਮੇਟੀਆਂ ਤੇ ਕਾਰਪੋਰੇਸ਼ਨਾਂ ਦੀਆਂ ਨਗਰ ਕੌਂਸਲਾਂ ਦੀਆਂ ਚੋਣਾਂ ਜਿਹੜੀਆਂ ਨੇ ਲੜਾਂਗੇ ਔਰ ਪੂਰੀ ਸ਼ਾਨ ਦੇ ਨਾਲ ਇਹਦੇ ਵਿੱਚ ਜਿੱਤ ਪ੍ਰਾਪਤ ਕਰਕੇ ਕਾਂਗਰਸ ਨੂੰ ਮੂਤੜੇ ਮੂਸਰਟਾਂਗੇ ਉਹਦੇ ਤਹਿਤ ਵਿੱਚ ਹੀ ਦਾਸ ਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਸਾਹ ਮਜੀਠਾ ਜੀ ਨੇ ਜੋ ਦਿਹਾਤੀ ਦਾ ਆਬਜ਼ਰਵਰ ਨਿਯੁਕਤ ਕੀਤਾ ਸੀ ਕਿ ਅੰਮ੍ਰਿਤਸਰ ਦਿਹਾਤੀ ਦੀਆਂ ਜਿਹੜੀਆਂ ਮਿਸਪਲ ਕਮੇਟੀਆਂ ਨੇ ਜਾਂ ਜਿਹੜੀਆਂ ਇੱਥੇ ਨਗਰ ਕੌਂਸਲਾਂ ਨੇ ਉਹਨਾਂ ਦੀ ਕੈਂਡੀਡੇਟਾਂ ਦੀ ਚੋਣ ਕਰਨ ਵਾਸਤੇ ਆਬਜ਼ਰਵਰ ਨੂੰ ਨਿਯੁਕਤ ਕੀਤਾ ਸੀ ਉਹਦੇ ਤਹਿਤ ਮੈਂ ਛੋਟੇ ਵੀਰ ਬੋਨੀ ਜੀ ਨੇ ਸਲਾਹ ਕਰਕੇ ਅਜਨਾਲਾ ਨਗਰ ਕੌਂਸਲ ਦੀਆਂ ਤੇ ਮਿਊਸਪਲ ਕਮੇਟੀ ਰਮਦਾਸ ਦੀਆਂ ਜੋ ਕਿ ਦੋਵੇਂ ਰਲਾ ਕੇ 26 ਸੀਟਾਂ ਬੰਦੀਆਂ ਨੇ 11 ਉੱਥੇ ਨੇ 15 ਇੱਥੇ ਨੇ ਔਰ ਇਹਨਾਂ ਦਾ ਕੈਂਡੀਡੇਟਾਂ ਦਾ ਜੋ ਵਿਚਾਰ ਤਬਾਦਲਾ ਲੋਕਲ ਐਮਐਲਏ ਨਾਲ ਕਰਕੇ ਪ੍ਰਧਾਨ ਜੀ ਨਾਲ ਕਰਕੇ ਜਿਹੜੇ ਸਾਡੇ ਜਿੱਤਣ ਵਾਲੇ ਕੈਂਡੀਡੇਟ ਨੇ ਉਹਨਾਂ ਦੀ ਲਿਸਟ ਜਿਹੜੀ ਅੱਜ ਅਨਾਉਂਸ ਕਰਨ ਵਾਸਤੇ ਮੈਂ ਇੱਥੇ ਆਇਆ ਸੀ ਜਿਹੜੀ ਲਿਸਟ ਜਿਹੜੀ ਆ ਇਹ ਦੋਨਾਂ ਹੀ ਕਮੇਟੀਆਂ ਦੀ ਜਿਹੜੀ ਆ ਤੁਹਾਡੇ ਸਾਹਮਣੇ ਅਨਾਉਂਸ ਕੀਤੀ ਆ ਆ ਕੈਂਡੀਡੇਟ ਸਾਡੇ ਜਿਹੜੇ ਨੇ ਬੜੇ ਹੀ ਯੋਗ ਉਮੀਦਵਾਰ ਨੇ ਔਰ ਬਹੁਤ ਚੰਗੇ ਤਰੀਕੇ ਨਾਲ ਜਿੱਤ ਪ੍ਰਾਪਤ ਕਰਕੇ ਇਹਨਾਂ ਕਮੇਟੀਆਂ ਦੇ ਉੱਤੇ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦਾ ਪੂਰਨ ਕਬਜ਼ਾ ਹੋਵੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਸ ਸਰਕਾਰ ਚ ਵਿਕਾਸ ਦੀ ਰਫਤਾਰ ਜਿਹੜੀ ਆ ਖਲੋਗੀ ਆ ਉਹਨੂੰ ਫੇਰ ਜਿਸ ਤਰ੍ਹਾਂ ਪਹਿਲਾਂ ਪੂਰੀ ਰਫ਼ਤਾਰ ਦੇ ਨਾਲ ਡਿਵੈਲਪਮੈਂਟ ਕੀਤੀ ਜਾਂਦੀ ਸੀ ਉਸੇ ਸਪੀਡ ਵਿੱਚ ਲਿਆ ਕੇ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਨੂੰ ਮੁਕੰਮਲ ਕੀਤਾ ਜਾਊਗਾ ਸੋ ਇਹ ਅੱਜ ਮੈਂ 26 ਕੈਂਡੀਡੇਟਾਂ ਦੀ ਲਿਸਟ ਜਿਹੜੀ ਐਨਾਨਸ ਕਰਨ ਵਾਸਤੇ ਆਇਆ ਉਹਦੇ 30 ਲੈਟਰ ਜਿਹੜੇ ਨੇ ਸਾਹਮਰਪਾਲ ਸਿੰਘ ਬੋਨੀ ਜੀ ਸਾਡੇ ਸਾਬਕਾ ਐਮਐਲਏ ਨੇ ਉਹਨਾਂ ਦੇ ਹਵਾਲੇ ਕਰ ਦਿੱਤੇ ਨੇ ਇਹ ਆਪੇ ਉਹਨਾਂ ਦੇ ਅਥਾਰਟੀ ਲੈਟਰ ਜਿਹੜੇ ਨੇ ਉਹਨਾਂ ਦੇ ਹਵਾਲੇ ਕਰ ਦੇਣਗੇ ਤਾਂ ਕਿ ਜਿਹੜਾ ਆ ਚੋਣ ਪ੍ਰੋਸੈਸ ਸ਼ੁਰੂ ਹੋਇਆ ਆ 30 ਤਰੀਕ ਤੋਂ ਉਹਦੇ ਵਿੱਚ ਫਿਰ ਆਪਣੀ ਪੂਰੀ ਜਿਹੜੀ ਆ ਜੋਰ ਦੇ ਕੇ ਸ਼ਮੂਲੀਅਤ ਕੀਤੀ ਜਾਊਗਾ ਮੈਂ ਆਪਣੇ ਇਹ మోਡਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇਹ ਨਾ ਹੋ ਕੋ ਹੈ ਸੀ ਮੈਂ 10 ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫੀਰ ਲਿਫ ਮਿਲਿਆ 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਹੋ ਕੇ మోਡੇ ਵੀ ਹੋ ਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਵਿੱਚ ਜਿਖੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ ਫੀਰ ਰੀਲੀਫ ਹਮੇਸ਼ਾ ਯਾਦ ਰੱਖੋ ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਆਇਲ ਫੀਰ ਰੀਲੀਫ ਵਾਲੇ ਦੱਸਿਆ ਮੈਂ ਇਹ ਤੇਲ ਤਿੰਨ ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਨ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ ਕਿੰਨਾ ਕਿਤੀ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੀ ਸੋਸਾਇਟੀ ਜਿਵੇਂ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਵ ਜਿਨੇ ਮੇਰਾ ਕੌਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਨ ਨਾਲ ਮੈਂ ਮਾਰਕੀਟ ਸ਼ੂਨ ਬੜਾ ਹੀ ਕੌਨਫੀਡੈਂਟ ਹਾਂ ਆਰ ਇਤਨਾ ਮੈਨੂੰ ਬੜਾ ਫਾਇਦਾ ਹੋਇਆ ਤੇ ਮੈਨੂੰ ਸਰਵਾਈਵਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ ਹਾਂ